ਦੁਨੀਆ ਜਦੋਂ ਦੀ ਸਾਜੀ ਹੈ ਸੱਚਾਈ ਦੀ ਜਿੱਤ ਹੁੰਦੀ ਆਉਂਦੀ ਹੈ। ਅੱਜ ਫਿਰ ਦੁਬਾਰਾ ਸੱਚਾਈ ਦੀ ਜਿੱਤ ਹੋਈ ਹੈ ਤੇ ਮਾਨਦੋ ਕੋਰਟ ਨੇ ਸੱਚਾਈ ਨੂੰ ਲੈਂਦੇ ਹੋਏ ਉਹਨਾਂ ਨੇ ਜ਼ਬਾਨ ਦਿੱਤੀ ਹੈ। ਕੀ ਕਹੋਗੇ ਜਿਹੜਾ ਉਹਨਾਂ ਦੇ ਉਹਨਾਂ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਮਾਮਲੇ ਲੱਗੇ, ਕੀ ਕਹੋਗੇ ਕਿਸ ਤਰ੍ਹਾਂ ਦਾ ਮਾਮਲਾ ਹੈ? ਤਾਕਤਵਰ ਜਿਹੜੇ ਹੁਕਮਰਾਨ ਹੈ ਉਹ ਜ਼ੁਲਮ ਕਰਦੇ ਹੀ ਆਏ ਹੈ, ਸਦੀਆਂ ਤੋਂ ਕਰਦੇ ਆਏ ਹੈ, ਪਰ ਕੁਦਰਤ ਉਹਨਾਂ ਨੂੰ ਬਚਾਉਂਦੀ ਆਈ ਹੈ ਜਿਹੜੇ ਸੱਚਾਈ ਤੇ ਲੜਦੇ। ਕਿਉਂ ਜਿਹੜਾ ਕੇਸ ਨੂੰ ਲੈ ਕੇ ਜੀ ਆਉਣ ਵਾਲੇ ਦਿਨਾਂ ਕੇਸ ਦਾ ਕੀ ਹੋਏਗਾ? ਕੇਸ ਵੀ ਸੱਚਾਈ ਦੇ ਆਧਾਰ ਤੇ ਖਤਮ ਹੋਊਗਾ ਜੀ, ਕੇਸ ਥੋੜੀ ਰਹਿੰਦੇ, ਝੂਠੇ ਕੇਸ ਕਿਨਾਂ ਚ ਰਹਿੰਦੇ। ਨੇਰੀ ਆਊਗੀ ਨੇਰੀ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਨਾਲ, ਪੂਰੇ ਪੰਜਾਬ 'ਚ, ਹਰਿਆਣਾ 'ਚ, ਜਿੱਥੇ ਵੀ ਚੋਣਾਂ ਦਾ ਹਜੇ ਰਹਿੰਦਾ ਉੱਥੇ ਵੱਡੀ ਹਨੇਰੀ ਆਊਗੀ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਨਾਲ। ਪੰਜਾਬ ਵੀ ਆਉਣਗੇ ਜੀ ਪ੍ਰਚਾਰ ਦੇ ਲਈ? ਜ਼ਰੂਰ ਆਉਣਗੇ। ਪਰ ਮੈਂ ਵਧਾਈ ਵੀ ਦਿੰਦਾ ਸਾਰੇ ਇਲਾਕਾ ਵਾਸੀਆਂ ਨੂੰ, ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਿ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਜਿਹੜਾ ਤਾਨਾਸ਼ਾਹ, ਜਿਹੜਾ ਦੇਸ਼ ਦਾ ਤਾਨਾਸ਼ਾਹ ਬੀਜੇਪੀ ਵਾਲੇ ਨੇ, ਮੋਦੀ ਸਾਹਿਬ ਨੇ, ਉਹਨਾਂ ਨੇ ਜਿਹੜਾ ਕੇਜਰੀਵਾਲ ਜੀ ਨੂੰ ਪ੍ਰਚਾਰ ਤੋਂ ਰੋਕਣ ਲਈ ਝੂਠਾ ਮੁਕੱਦਮਾ ਬਣਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ, ਪਰ ਮਾਣਯੋਗ ਸੁਪਰੀਮ ਕੋਰਟ ਨੇ ਅੱਜ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ, ਜਿਸ ਤੋਂ ਬਾਅਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਹੁਣ ਚੋਣਾਂ ਦੇ ਵਿੱਚ ਪ੍ਰਚਾਰ ਕਰ ਸਕਣਗੇ। ਔਰ ਜਿਹੜਾ ਇਹ ਝੂਠ ਦਾ ਇਹਨਾਂ ਨੇ ਜਿਹੜਾ ਕੇਸ ਬਣਾਇਆ, ਇਹ ਵੀ ਬੜਾ ਜਲਦੀ ਜਿਹੜਾ ਖਤਮ ਹੋ ਕੇ ਸੱਚਾਈ ਲੋਕਾਂ ਦੇ ਸਾਹਮਣੇ ਆਊ। ਅੱਜ ਇਸ ਖੁਸ਼ੀ ਦੇ ਵਿੱਚ ਅਸੀਂ ਸਾਰਿਆਂ ਨੇ ਲੱਡੂ ਵੰਡ ਕੇ ਜਿਹੜੀ ਹੈ ਖੁਸ਼ੀ ਮਨਾਈ ਹੈ।